ਸਾਡੀ ਜੀ ਪੁਲਿਸ ਮਲੋਟ ਪੁਲਿਸ 'ਚ ਅੰਡਰ ਸੁਪਰਵਿਜ਼ਨ ਆਫ SPD ਰਮਨਦੀਪ ਸਿੰਘ ਭੁੱਲਰ PBS ਅਤੇ 2 ਜੀਓ ਸਾਹਿਬਾਨ DSP ਸਾਹਿਬਾਨ ਤੈਨਾਤ ਕੀਤੇ ਗਏ ਆ ਇੱਥੇ 7 ਇੰਸਪੈਕਟਰ ਸਬ ਇੰਸਪੈਕਟਰ ਅਤੇ ਵੱਖ ਵੱਖ ਪੁਲਿਸ ਪਾਰਟੀਜ਼ 14 ਮੋਟਰਸਾਈਕਲ PCR ਅਤੇ 7 ਗੱਡੀਆਂ ਥਾਣੇ ਦੀਆਂ ਥਾਣੇ ਪਲੱਸ CIA ਇਹ ਵੱਖ ਵੱਖ ਏਰੀਆ ਵਿੱਚ ਪੈਟਰੋਲਿੰਗ ਕਰ ਰਹੇ ਆ ਸਿਚੁਏਸ਼ਨ ਬਿਲਕੁਲ ਸ਼ਾਂਤਮਈ ਹੈ ਪੀਸਫੁਲ ਹੈ ਕੋਈ ਵੀ ਮਲੋਟ ਸ਼ਹਿਰ ਦੇ ਵਿੱਚ ਜਾਂ ਸਾਡੇ ਦਿਹਾਤੀ ਏਰੀਆ 'ਚ ਕੋਈ ਵੀ ਪ੍ਰਦਰਸ਼ਨ ਜਾਂ ਕੋਈ ਪ੍ਰੋਸੈਸ਼ਨ ਨਹੀਂ ਹੋ ਰਿਹਾ ਜਿਹੜਾ ਕਿ ਬੰਦ ਦੀ ਕੌਲ ਆਈ ਸੀ ਜਿਵੇਂ ਤੁਸੀਂ ਦੇਖ ਸਕਦੇ ਹੋ ਸਾਰਾ ਬਾਜ਼ਾਰ ਖੁੱਲ੍ਹਾ ਹੈ ਜੀ ਆਮ ਵਾਂਗ ਹੀ ਸਾਰਾ ਚੱਲ ਰਿਹਾ ਡੇ ਟੂ ਡੇ ਐਕਟੀਵਿਟੀਜ਼ ਅਤੇ ਤੁਸੀਂ ਕੈਮਰੇ ਵਾਲੇ ਆਸੇ ਪਾਸੇ ਵੀ ਦਿਖਾ ਸਕਦੇ ਹੋ ਵਪਾਰ ਮੰਡਲ ਵਾਲੇ ਵੀ ਸਾਡੇ ਨਾਲ ਹੈ ਸਿਚੁਏਸ਼ਨ ਬਿਲਕੁਲ ਪੀਸਫੁਲ ਅਤੇ ਸ਼ਾਂਤਮਈ ਹੈ ਆਮ ਪਬਲਿਕ ਨੂੰ ਅਸੀਂ ਇਹੀ ਮੈਸੇਜ ਦੇਵਾਂਗੇ ਜੀ 15 ਅਗਸਤ ਆ ਰਹੀ ਹੈ ਪ੍ਰੋਟੋਕੋਲ ਲੱਗਿਆ ਹੋਇਆ ਅਤੇ ਪੁਲਿਸ ਸਾਰਾ ਟਾਈਮ 24 ਘੰਟੇ ਦਿਨ ਰਾਤ ਇੱਕ ਕਰਕੇ ਐਕਟਿਵ ਹੈ ਅਲਰਟ ਹੈ ਪੈਟਰੋਲਿੰਗ ਕਰ ਰਹੀ ਹੈ ਅਸੀਂ ਕੋਈ ਵੀ ਮੰਦਭਾਗੀ ਘਟਨਾ ਇੱਥੇ ਹੋਣ ਨਹੀਂ ਦੇਵਾਂਗੇ ਪਬਲਿਕ ਨੂੰ ਤਾਂ ਸਾਨੂੰ ਵੱਧ ਤੋਂ ਵੱਧ ਜਿੰਨਾ ਵੀ ਸਹਿਯੋਗ ਦੇ ਸਕਦੇ ਹਾਂ ਪਬਲਿਕ ਉਹ ਦੇਵੇ ਕੋਈ ਵੀ ਇਹੋ ਜਿਹੀ ਮਾੜੀ ਚੀਜ਼ ਕੋਈ ਮਾੜਾ ਅਨਸਰ ਕੋਈ ਅਣਪਛਾਤੀ ਚੀਜ਼ ਕਿਤੇ ਮਿਲੇ ਤੁਰੰਤ ਹੀ ਸਾਡੇ ਕੰਟਰੋਲ ਰੂਮ 'ਤੇ ਜਾਂ CTSHO ਜਾਂ ਮੈਨੂੰ ਇਤਲਾਹ ਦਿੱਤੀ ਜਾਵੇ ਅਤੇ ਨਾਲ ਦੀ ਨਾਲ ਹੀ ਅਸੀਂ ਉਹਨੂੰ ਕਵਰ ਕਰ ਬੰਦ ਨੂੰ ਜੀ ਉਹ ਤੁਸੀਂ ਵਪਾਰ ਮੰਡਲ ਵਾਲਿਆਂ ਨੂੰ ਪੁੱਛ ਲਓ ਬਾਕੀ ਬਾਜ਼ਾਰ ਖੁੱਲ੍ਹਾ ਜੀ ਕੋਈ ਸਹਿਯੋਗ ਲੱਗ ਨਹੀਂ ਰਿਹਾ ਮੈਨੂੰ ਅਸੀਂ ਸਿੰਪਲੀ ਇਹੀ ਮੈਸੇਜ ਦਿੱਤਾ ਸੀ ਜਿਹੜੇ ਧਰਨਾ ਕਰ ਰਹੇ ਹਾਂ ਕੋਈ ਪ੍ਰਦਰਸ਼ਨ ਕਰਨਾ ਚਾਹੁੰਦੇ ਹਾਂ ਅਸੀਂ ਕਿਹਾ ਜੀ ਜਿਹੜਾ ਪ੍ਰੋਟੈਸਟ ਕਰਨ ਦਾ ਰਾਈਟ ਹੈ ਉਹ ਫੰਡਾਮੈਂਟਲ ਰਾਈਟ ਹੈ ਆਪਣੇ ਕੋਨਸਟੀਟਿਊਸ਼ਨ ਦੇ ਅੰਡਰ ਦਿੱਤਾ ਹੋ ਗਿਆ ਹੈ ਹਰੇਕ ਆਪਣੇ ਭਾਰਤ ਦੇ ਨਿਵਾਸੀ ਨੂੰ ਤਾਂ ਇਸ ਕਰਕੇ ਪੀਸਫੁਲ ਪ੍ਰੋਟੈਸਟ ਜਿੱਥੇ ਮਰਜ਼ੀ ਕਰਨ ਬਟ ਕੋਈ ਵੀ ਹਾਈਵੇ ਕੋਈ ਵੀ ਸੜਕ ਕਿਸੇ ਵੀ ਵਪਾਰੀ ਦਾ ਕਿਸੇ ਬਿਜ਼ਨਸਮੈਨ ਦਾ ਜਾਂ ਕੋਈ ਕਿਸੇ ਨੂੰ ਪਬਲਿਕ ਨੂੰ ਇਸ ਚੀਜ਼ ਦੀ ਖੇਚਲ ਨਹੀਂ ਹੋਣੀ ਚਾਹੀਦੀ ਕਿਸੇ ਦਾ ਧੱਕੇ ਨਾਲ ਬਾਜ਼ਾਰ ਨਹੀਂ ਬੰਦ ਕਰਨਾ ਕਿਸੇ ਦਾ ਸਟੋਰ ਨਹੀਂ ਬੰਦ ਕਰਨਾ ਸਭ ਖੁੱਲ੍ਹਾ ਜੀ ਸਭ ਖੁੱਲ੍ਹਾ ਸਾਰਾ ਬਾਜ਼ਾਰ ਖੁੱਲ੍ਹਾ ਮਲੋਟ ਸ਼ਹਿਰ ਵਿੱਚ ਪੂਰੀ ਸ਼ਾਂਤੀ ਹੈ ਅਤੇ ਸਭ ਕੁਝ ਓਪਨ ਹੈ ਨੋਰਮਲ ਐਵਰੀ ਡੇ ਦੇ ਵਾਂਗ ਇੱਥੇ ਕਾਰਗੁਜ਼ਾਰੀ ਚੱਲ ਰਹੀ ਹੈ ਅਤੇ ਸਿਚੁਏਸ਼ਨ ਪੂਰੀ ਪੀਸਫੁਲ ਹੈ ਜੀ ਮਲੋਟ ਵਪਾਰ ਮੰਡਲ ਨੇ ਇਹ ਫੈਸਲਾ ਕੀਤਾ ਸੀ ਕਿ ਅਸੀਂ ਕਿਸੇ ਵੀ ਬੰਦ ਦੇ ਵਿੱਚ ਅਸੀਂ ਸਹਿਮਤ ਨਹੀਂ ਹੈਗੇ ਔਰ ਬੰਦ ਹੋਣਾ ਨਹੀਂ ਚਾਹੀਦਾ ਬੰਦ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈਗਾ ਅਗਰ ਕੋਈ ਹੱਲ ਹੈ ਤਾਂ ਉਹ ਹੈ ਕਿ ਪੀਸਫੁਲੀ ਅਸੀਂ ਗੱਲ ਕਰ ਸਕਦੇ ਹਾਂ ਜਿਸ ਤਰ੍ਹਾਂ DSP ਸਾਹਿਬ ਨੇ ਦੱਸਿਆ ਕਿ ਜਿਹੜਾ ਸਾਡਾ ਡੈਮੋਕਰੇਟਿਕ ਰਾਈਟ ਹੈ ਕਿ ਅਸੀਂ ਪ੍ਰੋਟੈਸਟ ਕਰਨਾ ਹੈ ਉਹ ਪ੍ਰੋਟੈਸਟ ਜਿਹੜਾ ਹੈ ਅਗਰ ਉਹ ਵੀ ਮੇਰਾ ਖਿਆਲ ਕਿਤੇ ਨਹੀਂ ਹੋ ਰਿਹਾ ਮਲੋਟ ਦੇ ਵਿੱਚ ਔਰ ਜਿਹੜਾ ਮਲੋਟ ਸ਼ਹਿਰ ਹੈ ਉਹ ਕੰਪਲੀਟ ਤੌਰ 'ਤੇ ਬੰਦ ਹੈ ਖੁੱਲ੍ਹਾ ਹੈ ਔਰ ਇੱਥੇ ਕਿਸੇ ਤਰ੍ਹਾਂ ਦਾ ਕੋਈ ਬੰਦ ਦਾ 1% ਵੀ ਰਿਸਪੋਂਸ ਜਿਹੜਾ ਹੈ ਵਪਾਰੀਆਂ ਵੱਲੋਂ ਨਹੀਂ ਮਿਲਿਆ ਗਿਆ ਔਰ ਨਾ ਹੀ ਵਪਾਰੀ ਇਸ ਗੱਲ ਦੇ ਹੱਕ 'ਚ ਹੈ ਕਿ ਜਿਹੜਾ ਮਲੋਟ ਸ਼ਹਿਰ ਦੇ ਵਿੱਚ ਦੁਕਾਨਾਂ ਬੰਦ ਹੋਣ ਬਾਜ਼ਾਰ ਬੰਦ ਹੋਵੇ ਔਰ ਲੋਕਾਂ ਦਾ ਨੁਕਸਾਨ ਹੋਵੇ ਲੋਕਾਂ ਨੂੰ ਪਰੇਸ਼ਾਨੀ ਆਵੇ ਇਸ ਕਰਕੇ ਮਲੋਟ ਸ਼ਹਿਰ ਅੱਜ 100% ਖੁੱਲ੍ਹਾ ਹੈ ਔਰ ਇਹਦੇ ਵਿੱਚ 1% ਵੀ ਬੰਦ ਨਹੀਂ ਹੈਗਾ ਸਾਨੂੰ ਇਹ ਇਸ਼ਾਰਾ ਮਿਲਿਆ ਸੀਗਾ ਉੱਥੇ ਔਰ ਕਿਹਾ ਗਿਆ ਸੀਗਾ ਕਿ ਤੁਸੀਂ ਜਿਹੜਾ ਹੈ ਸਾਨੂੰ ਇਸ ਗੱਲ ਦੇ ਵੀ ਸਾਥ ਦਿਓ ਬਟ ਅਸੀਂ ਉਹਨਾਂ ਨੂੰ ਕਹਿਤਾ ਸੀ ਵੀ ਇਹ ਜਿਹੜਾ ਬੰਦ ਕਰਨਾ ਹੈ ਇਹ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹੈਗਾ ਬੰਦ ਜਿਹੜਾ ਹੈ ਅਸੀਂ ਨਹੀਂ ਕਰਾਂਗੇ ਔਰ ਅਸੀਂ ਜਿਹੜਾ ਹੈ ਸਾਰਾ ਮਲੋਟ ਸ਼ਹਿਰ ਖੁੱਲ੍ਹਾ ਰੱਖਾਂਗੇ ਮਲੋਟ ਸ਼ਹਿਰ ਦੀ ਹਰ ਤਾਜ਼ਾ ਖਬਰ ਜਾਣਨ ਲਈ ਸੇਵ ਕਰੋ 9256-1521-07 ਨੰਬਰ ਨੂੰ ਅਤੇ ਆਪਣਾ ਨਾਮ ਲਿਖ ਕੇ ਸਾਨੂੰ ਵਟਸਐਪ ਕਰੋ ਮਲੋਟ ਸ਼ਹਿਰ ਦੀ ਹਰ ਖਬਰ ਸਭ ਤੋਂ ਪਹਿਲਾਂ ਤੁਹਾਡੇ ਤੱਕ ਮਲੋਟ ਲਾਈਵ